ਤੇ ਉਧਰ ਓਨਟੇਰੀਓ ਹਾਈਵੇ ਹਾਸੇ ਵਿੱਚ ਮਾਰੇ ਗਏ ਇੱਕ 14 ਸਾਲਾ ਬੱਚੇ ਦੇ ਸਹਿਪਾਠੀਆਂ ਵੱਲੋਂ ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦੇ ਮੌਤ ਦੇ ਸੋਗ ਲਈ ਇਕੱਠ ਕੀਤਾ ਗਿਆ ਤੇ ਉਹਨਾਂ ਦੇ ਲਈ ਕੈਂਡਲ ਮਾਰਚ ਕੱਢਿਆ ਗਿਆ। ਕੈਨੇਡਾ ਦੇ ਸੂਬੇ ਓਨਟੇਰੀਓ ਵਿੱਚ ਵਾਪਰੇ ਇੱਕ ਹਾਦਸੇ ਵਿੱਚ ਦੋ ਪਰਿਵਾਰਾਂ ਦੇ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਹੋਰ 5 ਜ਼ਖਮੀ ਹੋ ਗਏ ਸਨ। ਪੁਲਿਸ ਨੇ ਦੱਸਿਆ ਸੀ ਕਿ ਅਲਬੀਨੀਅਨ ਮੂਲ ਦੇ ਇੱਕ ਪਰਿਵਾਰ ਦੇ ਦੋ ਮੈਂਬਰਾਂ 45 ਸਾਲਾ ਫੈਟੋਸ ਮੈਟਕੋ ਅਤੇ ਉਹਨਾਂ ਦੇ 14 ਸਾਲਾ ਪੁੱਤਰ ਦੀ ਦੁਰਘਟਨਾ ਦੌਰਾਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਤਨੀ ਕੌਮਾ ਵਿੱਚ ਚਲੀ ਗਈ ਅਤੇ ਉਹਨਾਂ ਦੀ 9 ਸਾਲਾ ਧੀ ਅਜੇ ਦਾ ਇਲਾਜ ਅਜੇ ਵੀ ਚੱਲ ਰਿਹਾ। ਜਾਣਕਾਰੀ ਮੁਤਾਬਿਕ ਇਹ ਪਰਿਵਾਰ ਓਨਟੇਰੀਓ ਵਿੱਚ ਘੁੰਮ ਰਿਹਾ ਸੀ ਅਤੇ ਉਹਨਾਂ ਦਾ ਇਰਾਦਾ ਕੁਝ ਹੋਰ ਦਿਨਾਂ ਤੱਕ ਇੱਥੇ ਘੁੰਮਣ ਫਿਰਨ ਦਾ ਸੀ, ਪਰ ਉਹਨਾਂ ਦੇ ਸਾਰੇ ਸੁਪਨੇ ਉਸ ਸਮੇਂ ਟੁੱਟ ਗਏ ਜਦ ਉਹਨਾਂ ਦੇ ਨਾਲ ਹਾਦਸਾ ਵਾਪਰ ਗਿਆ। ਉਹਨਾਂ ਦੀ ਗੱਡੀ ਹਾਈਵੇ 17 ਅਤੇ SUV ਗੱਡੀ ਨਾਲ ਟਕਰਾਈ, ਜਿਸ ਵਿੱਚ ਸਵਾਰ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ। ਅਲਬੀਨੀਅਨ ਕੈਨੇਡੀਅਨ ਐਸੋਸੀਏਸ਼ਨ ਆਫ ਕੈਲਗਰੀ ਦੇ ਪ੍ਰਧਾਨ ਇਲਰ ਕੁਕੀ ਨੇ ਇਸ ਦਰਦਨਾਕ ਘਟਨਾ 'ਤੇ ਅਫਸੋਸ ਪ੍ਰਗਟ ਕੀਤਾ। ਕੁਕੀ ਨੇ ਕਿਹਾ ਕਿ ਮੈਟਕੋ ਦੇ ਪਰਿਵਾਰ ਨੇ ਬਹੁਤ ਕੁਝ ਖੋ ਲਿਆ ਅਤੇ ਇਸ ਹਰਜਾਨੇ ਨੂੰ ਕੋਈ ਭਰ ਨਹੀਂ ਸਕਦਾ। ਲੋਕਾਂ ਵੱਲੋਂ ਇਸ ਪਰਿਵਾਰ ਦੀ ਮਦਦ ਕੀਤੀ ਜਾ ਰਹੀ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ।